ਹਾਂਜੀ ਦੋਸਤੋ 10ਵੀਂ ਪਾਸ ਜਿਨ੍ਹਾਂ ਨੇ ਕੀਤੀ ਹੈ ਜਾਂ 12ਵੀਂ ਪਾਸ ਜਿਨ੍ਹਾਂ ਨੇ ਕੀਤੀ ਹੈ ਇਹਨਾਂ ਲਈ ਅਲੱਗ-ਅਲੱਗ 10ਵੀਂ ਪਾਸ ਲਈ ਅਲੱਗ ਪੋਸਟਾਂ ਨੇ 12ਵੀਂ ਪਾਸ ਲਈ ਅਲੱਗ ਪੋਸਟਾਂ ਨੇ ਉਹਨਾਂ ਸੰਬੰਧੀ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਇਆ ਹਾਂ ਬਹੁਤ ਵਧੀਆ ਨੋਟੀਫਿਕੇਸ਼ਨ ਹੈ ਕੇਂਦਰ ਸਰਕਾਰ ਦੇ ਵੱਲੋਂ ਜੋ ਮਿਨਿਸਟਰੀ ਆਫ ਡਿਫੈਂਸ ਹੈ ਉਸ ਦੇ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤਾਨੂੰ ਸਕਰੀਨ ਦੇ ਉੱਪਰ ਫਾਰਮ ਦਿਖਾਈ ਦੇ ਰਿਹਾ ਹੈ ਜੀ ਫਾਰਮ ਤੁਸੀਂ ਫਿਲ ਕਰਨਾ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਹ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਆਫਲਾਈਨ ਅਪਲਾਈ ਕਰਨਾ ਹੈ ਜੀ ਆਫਲਾਈਨ ਆਫਲਾਈਨ ਅਪਲਾਈ ਕਰਨ ਦੇ ਲਈ ਤੁਹਾਨੂੰ ਇਸ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਪਲੱਸ ਮੇਰੇ ਟੈਲੀਗ੍ਰam ਚੈਨਲ ਦੇ ਉੱਤੇ ਦੇ ਦੇਵਾਂਗਾ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਆਪਣਾ ਜੋ ਫਾਰਮ ਹੈ ਭਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਨਵੀਆਂ ਪੋਸਟਾਂ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਅਗਰ ਤੁਸੀਂ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਬਟਨ ਨੂੰ ਵੀ ਦਬਾ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਅਸਾਮੀ ਸੰਬੰਧੀ ਜਾਣਕਾਰੀ ਪੇਪਰ ਸੰਬੰਧੀ ਜਾਣਕਾਰੀ ਜਾਂ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਇੱਕ ਸਾਡਾ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜੁਆਇਨ ਕਰ ਲਵੋ ਕਿਉਂਕਿ ਅਸੀਂ ਉੱਥੇ ਹਰ ਇੱਕ ਵੀਡੀਓ ਦਾ ਲਿੰਕ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਐਪਲੀਕੇਸ਼ਨ ਫਾਰਮ ਹੁੰਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਕੋਈ ਨਵਾਂ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਉੱਥੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਸਾਨੂੰ ਫੇਸਬੁੱਕ ਪੇਜ ਦੇ ਉੱਤੇ ਫੋਲੋ ਕਰ ਲਵੋ ਜੀ ਤੇ ਇੰਸਟਾਗ੍ਰam ਉੱਤੇ ਫੋਲੋ ਕਰ ਲਵੋ ਚਲੋ ਆਪਾਂ ਵੀਡੀਓ ਵੱਲ ਵਧਦੇ ਹਾਂ ਇਹ ਜੋ ਤੁਹਾਨੂੰ ਫਾਰਮ ਦਿਖਾਈ ਦੇ ਰਿਹਾ ਇਸ ਨੂੰ ਪੂਰਾ ਕੰਪਲੀਟ ਭਰ ਕੇ ਤੁਸੀਂ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ ਭੇਜਣਾ ਹੈ ਜੀ ਉਹ ਜੋ ਪਤਾ ਹੈ ਜਿਸ ਦੇ ਉੱਤੇ ਤੁਸੀਂ ਭੇਜਣਾ ਹੈ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਦੱਸ ਰਿਹਾ ਉਸ ਪਤੇ ਦੇ ਉੱਤੇ ਤੁਸੀਂ ਇਹ ਫਾਰਮ ਕੰਪਲੀਟ ਭਰ ਕੇ ਭੇਜ ਦੇਣਾ ਹੈ ਹੁਣ ਦੇਖਦੇ ਹਾਂ ਕਿਹੜੀਆਂ ਪੋਸਟਾਂ ਨੇ ਕਿੱਥੋਂ ਇਹ ਪੋਸਟਾਂ ਆਈਆਂ ਨੇ ਹਾਂਜੀ ਜੋ ਅੱਜ ਦੀਆਂ ਪੋਸਟਾਂ ਨੇ ਜੀ ਉਹ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਹੈੱਡਕ quart ਨਾਰਥਰਨ ਕਮਾਂਡ ਐਂਡ ਐਚਕਯੂ 71 ਸਬ ਏਰੀਆ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਇਹ ਪੋਸਟਾਂ ਜਿਸ ਦੇ ਵਿੱਚ ਪੋਸਟਾਂ ਦੀ ਮੰਗ ਕੀਤੀ ਗਈ ਹੈ ਅਲੱਗ-ਅਲੱਗ ਪੋਸਟਾਂ ਨੇ ਤੇ ਅਲੱਗ-ਅਲੱਗ ਕੁਆਲਿਫੀਕੇਸ਼ਨ ਹੈ ਜੋ ਸਭ ਤੋਂ ਪਹਿਲੀ ਪੋਸਟ ਹੈ ਜੀ ਮੈਸੈਂਜਰ ਦੀ ਪੋਸਟ ਹੈ ਜਿਸ ਦੇ ਵਿੱਚ ਪੇ ਸਕੇਲ ਦੀ ਗੱਲ ਕਰੀਏ ਤਾਂ ਲੈਵਲ 1 ਦਿੱਤਾ ਜਾਵੇਗਾ ਜੀ ਜਿਸ ਦੇ ਵਿੱਚ 18000 ਰੁਪਏ ਤੋਂ ਲੈ ਕੇ 55900 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ 18 ਤੋਂ 25 ਸਾਲ ਅਗਰ ਤੁਹਾਡੀ ਏਜ ਹੈ ਜੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਤੁਹਾਡੀ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਅਗਰ ਇਹ ਪੋਸਟ ਦੇ ਲਈ ਤੁਸੀਂ ਅਪਲਾਈ ਕਰਨ ਜਾ ਰਹੇ ਹੋ ਪੋਸਟਾਂ ਦੀ ਵੰਡ ਕੁਝ ਇਸ ਪ੍ਰਕਾਰ ਹੈ ਜੀ ਤਿੰਨ ਪੋਸਟਾਂ ਜਰਨਲ ਦੀਆਂ ਨੇ ਜੀ ਐਸਸੀ ਦੀ ਇੱਕ ਪੋਸਟ ਅਤੇ ਐਸਟੀ ਲਈ ਇੱਕ ਪੋਸਟ ਹੈ ਚਲੋ ਹੁਣ ਦੇਖਦੇ ਆਂ ਦੂਸਰੀ ਪੋਸਟ ਕਿਹੜੀ ਹੈ ਜੀ ਦੂਸਰੀ ਪੋਸਟ ਹੈ ਜੀ ਸਫਾਈ ਵਾਲਾ ਦੀ ਪੋਸਟ ਹੈ ਜਿਸ ਦੇ ਵਿੱਚ ਲੈਵਲ 1 ਦੀ ਤਨਖਾਹ ਦਿੱਤੀ ਜਾਵੇਗੀ ਜੋ 18000 ਰੁਪਏ ਤੋਂ ਲੈ ਕੇ 55900 ਰੁਪਏ ਮਹੀਨਾ ਦਿੱਤੀ ਜਾਵੇਗੀ ਏਜ ਲਿਮਟ ਦੀ ਗੱਲ ਕਰੀਏ ਤਾਂ 18 ਤੋਂ 25 ਸਾਲ ਏਜ ਲਿਮਟ ਰੱਖੀ ਗਈ ਹੈ ਜੀ ਅਤੇ ਇਸ ਦੇ ਲਈ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ 10ਵੀਂ ਪਾਸ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ ਮਾਨਤਾ ਪ੍ਰਾਪਤ ਸੰਸਥਾ ਦੇ ਵਿੱਚੋਂ एससी ਲਈ ਇੱਕ ਪੋਸਟ ਹੈ ਤੇ एसटी ਲਈ ਇੱਕ ਪੋਸਟ ਹੈ ਜੀ ਉਸ ਤੋਂ ਬਾਅਦ ਜੋ ਨੈਕਸਟ ਪੋਸਟ ਹੈ ਜੀ ਕੁੱਕ ਦੀ ਪੋਸਟ ਹੈ ਕੁੱਕ ਦੀ ਪੋਸਟ ਦੇ ਲਈ ਲੈਵਲ 2 ਦਿੱਤਾ ਜਾਵੇਗਾ ਜੀ ਤਨਖਾਹ 3 19900 ਰੁਪਏ ਤੋਂ ਲੈ ਕੇ 63200 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੀ 18 ਤੋਂ 25 ਸਾਲ ਅਗਰ ਏਜ ਹੈ ਤੁਹਾਡੀ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤਾਂ 12ਵੀਂ ਤੁਸੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੇ ਵਿੱਚੋਂ ਜਾਂ ਸੰਸਥਾ ਤੋਂ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਤੁਹਾਡਾ ਇਹ ਜੋ ਤੁਹਾਡੀ ਟ੍ਰੇਡ ਹੋਵੇਗੀ ਉਸ ਦੇ ਵਿੱਚ ਜਾਂ ਆਈ.ਡੀ.ਆਈ ਕੀਤੀ ਹੋਣੀ ਚਾਹੀਦੀ ਹੈ ਜੀ ਸਰਟੀਫਿਕੇਟ ਹੋਣਾ ਚਾਹੀਦਾ ਕੁੱਕ ਦਾ ਤੁਹਾਡੇ ਕੋਲ ਦਾ 2 ਸਾਲ ਦਾ ਨਾਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੁਹਾਡਾ ਇਹ ਸੇਮ ਟ੍ਰੇਡ ਦੇ ਵਿੱਚ ਪੋਸਟਾਂ ਦੀ ਗਿਣਤੀ ਕੀ ਹੈ ਜੀ ਇੱਕ ਪੋਸਟ ਹੈ ਜੋ ਜਨਰਲ ਕੈਟਾਗਰੀ ਦੇ ਲਈ ਰੱਖੀ ਗਈ ਹੈ ਉਸ ਤੋਂ ਬਾਅਦ ਐਲ.ਡੀ.ਸੀ. ਲੋਅਰ ਡਿਵੀਜ਼ਨ ਕਲਰਕ ਦੀ ਪੋਸਟ ਹੈ ਜੀ ਜਿਸ ਦੇ ਵਿੱਚ ਲੈਵਲ 2 ਤਨਖਾਹ স্কেল ਦਿੱਤਾ ਜਾਵੇਗਾ 19900 ਰੁਪਏ ਤੋਂ ਲੈ ਕੇ 63200 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ 18 ਤੋਂ 27 ਸਾਲ ਦੀ ਏਜ ਲਿਮਟ ਹੋਣੀ ਚਾਹੀਦੀ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਹੋ ਕੀਤੀ ਹੋਣੀ ਚਾਹੀਦੀ ਹੈ ਜੀ ਸਕਿੱਲ ਟੈਸਟ ਹੋਵੇਗਾ ਜੀ 30 ਵਰਡ ਪਰਮੈਂਟ ਹਿੰਦੀ ਦੇ ਵਿੱਚ ਹੋਵੇਗਾ ਤੇ 35 ਵਰਡ ਪਰਮੈਂਟ ਤੁਹਾਡਾ ਇੰਗਲਿਸ਼ ਦੇ ਵਿੱਚ ਟੈਸਟ ਲਿਆ ਜਾਵੇਗਾ ਜੀ 10 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਤੁਹਾਨੂੰ ਇਹ ਪੂਰਾ ਕਰਨ ਦੇ ਲਈ ਤਨ ਪੋਸਟਾਂ ਦੀ ਵੰਡ ਕੁਝ ਇਸ ਪ੍ਰਕਾਰ ਹੈ ਜੀ ਐਲਡੀਸੀ ਦੇ ਲਈ ਜਰਨਲ ਦੇ ਲਈ ਦੋ ਪੋਸਟਾਂ ਨੇ ਜੀ OBC ਦੇ ਲਈ ਇੱਕ ਪੋਸਟ ਹੈ ਲੋਅਰ ਡਿਵੀਜ਼ਨ ਕਲਰਕ ਦੀ ਚਲੋ ਹੁਣ ਦੇਖਦੇ ਆਂ ਜੀ ਏਜ ਲਿਮਟ ਦੇ ਵਿੱਚ ਰੈਲੈਕਸੇਸ਼ਨ ਦੀ ਗੱਲ ਕਰੀਏ ਤਾਂ ਜੋ ਗਵਰਨਮੈਂਟ ਦੇ ਰੂਲਸ ਨੇ ਉਸ ਦੇ ਅਕੋਰਡਿੰਗ ਜੋ ਏਜ ਲਿਮਟ ਦੇ ਵਿੱਚ ਰੈਲੈਕਸੇਸ਼ਨ ਦਿੱਤੀ ਜਾਵੇਗੀ ਜੀ ਇਹ ਤੁਸੀਂ ਇਸ ਤੋਂ ਪੜ ਲੈਣਾ ਉਸ ਤੋਂ ਬਾਅਦ ਫਿਜ਼ੀਕਲ ਤੇ ਪ੍ਰੈਕਟੀਕਲ ਟੈਸਟ ਲਿਆ ਜਾਵੇਗਾ ਜੀ ਤੁਹਾਡਾ ਰਿਟਨ ਟੈਸਟ ਲਿਆ ਜਾਵੇਗਾ ਫਿਜ਼ੀਕਲ ਟੈਸਟ ਦੇ ਵਿੱਚ ਤੁਸੀਂ ਇਸ ਤੋਂ ਪੜ ਲੈਣਾ ਵੀ ਫਿਜ਼ੀਕਲ ਟੈਸਟ ਕਿਸ ਤਰ੍ਹਾਂ ਹੋਵੇਗਾ ਤੁਹਾਡਾ ਰਿਟਨ ਟੈਸਟ ਦੀ ਗੱਲ ਕਰੀਏ ਸਾਰੀਆਂ ਟਰੇਡਸ ਦੇ ਲਈ ਤੁਸੀਂ ਦੇਖ ਸਕਦੇ ਹੋ ਜਨਰਲ ਇੰਟੈਲੀਜੈਂਟ ਇੰਗਲਿਸ਼ ਲੈਂਗੁਏਜ ਨੰਮਰੀਕਲ ਐਪਟੀਟਿਊਡ ਜਨਰਲ ਅਵੇਅਰਨੈਸ ਤੇ ਕੁਐਸਚਨ ਤੁਹਾਨੂੰ ਆਉਣਗੇ ਜੀ ਇਸ ਤਰੀਕੇ ਨਾਲ 150 ਟੋਟਲ ਕੁਐਸਚਨ ਹੋਣਗੇ ਜੀ 150 ਨੰਬਰ ਦਾ ਤੁਹਾਡਾ ਪੇਪਰ ਹੋਵੇਗਾ ਤੇ ਨੈਗੇਟਿਵ ਮਾਰਕਿੰਗ ਹੋਵੇਗੀ 2 ਘੰਟਿਆਂ ਦਾ ਤੁਹਾਡਾ ਪੇਪਰ ਲਿਆ ਜਾਵੇਗਾ ਜੀ ਉਸ ਤੋਂ ਬਾਅਦ ਰਿਟਨ ਟੈਸਟ ਹੋਵੇਗਾ ਪੇਪਰ 1 ਹੈ ਜੀ ਪੇਪਰ 2 ਹੈ ਪੇਪਰ 3 ਹੈ ਪੇਪਰ 4 ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਜਨਰਲ ਅਵੇਅਰਨੈਸ ਨੰਮਰਿਕਲ ਐਬਿਟੀਟਿਊਡ ਇੰਗਲਿਸ਼ ਲੈਂਗੁਏਜ ਤੇ ਜਨਰਲ ਇੰਟੈਲੀਜੈਂਸ ਹੈ ਇਹਦਾ ਸਿਲੇਬਸ ਹੈ ਕੁਝ ਇਸ ਪ੍ਰਕਾਰ ਹੈ ਤੁਸੀਂ ਦੇਖ ਸਕਦੇ ਹੋ ਇਸ ਦਾ ਲਿੰਕ ਜੋ ਨੋਟੀਫਿਕੇਸ਼ਨ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 플러스 ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਦੇ ਦਿੱਤਾ ਜਾਵੇਗਾ ਜੀ ਸੈਂਟਰ ਦੱਸੇ ਗਏ ਨੇ ਜੀ ਟੈਸਟ ਦੇ ਤੇ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਜੀ ਅਪਲਾਈ ਕਰਨ ਦੇ ਲਈ ਤੁਸੀਂ ਰਜਿਸਟਰਡ ਡਾਰਕ ਰਾਈ ਜਾਂ ਸਪੀਡ ਪੋਸਟ ਰਾਈ ਜਾਂ ਆਰਡੀਨਰੀ ਸਿੰਪਲ ਪੋਸਟ ਰਾਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪਰਫਾਰਮਾ ਜੋ ਦਿੱਤਾ ਹੋਇਆ ਹੈ ਜੀ ਉਸ ਨੂੰ ਪੂਰਾ ਫਿਲ ਕਰਕੇ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੇ ਸਰਟੀਫਿਕੇਟ ਕਾਸਟ ਸਰਟੀਫਿਕੇਟ ਡਿਸਚਾਰਜ ਸਰਟੀਫਿਕੇਟ ਜੋ ਹੈ ਐਪਲੀਕੇਬਲ ਹੋਵੇਗਾ ਐਕਸ ਸਰਵਿਸਮੈਨ ਦੇ ਲਈ ਬਰਥ ਸਰਟੀਫਿਕੇਟ ਡੋਮਿਸਾਈਲ ਸਰਟੀਫਿਕੇਟ ਆਧਾਰ ਕਾਰਡ ਤੋਂ ਆਡਾ ਨਾਲ ਨੱਥੀ ਹੋਣਾ ਜ਼ਰੂਰੀ ਐਕਸਪੀਰੀਅੰਸ ਸਰਟੀਫਿਕੇਟ ਵੀ ਨਾਲ ਨੱਥੀ ਜਰੂਰ ਕਰਨਾ ਹੈ ਤੁਸੀਂ ਆਪਣੇ ਨਾਲ 셀ਫ ਅਟੈਸਟਡ ਕਰਨੀ ਹੈ ਜੀ ਆਪਣੀਆਂ ਸਾਰੀਆਂ ਕਾਪੀਜ਼ ਦੇ ਇੱਕ ਐਨਵੈਲਪ ਲੈਣਾ ਜੀ ਐਨਵੈਲਪ ਦੇ ਵਿੱਚ ਉੱਪਰ ਜੋ ਪੋਸਟਲ ਸਟੈਂਪ 45 ਰੁਪਏ ਦੀ ਉਹ ਇਸ ਦੇ ਨਾਲ ਲਗਾ ਕੇ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਜੋ ਲਿਖਣਾ ਹੈ ਟਾਪ ਆਫ ਦਾ ਐਨਵੈਲਪ ਦੇ ਉੱਤੇ ਲਿਖਣਾ ਹੈ ਤੁਸੀਂ ਤੇ ਸੈਲਫ ਆਪਣਾ ਨਾਮ ਤੇ ਆਪਣੇ ਪਿਤਾ ਦਾ ਨਾਮ ਮਾਤਾ ਦਾ ਨਾਮ ਜ਼ਰੂਰ ਲਿਖਣਾ ਹੈ ਜੀ ਉਸ ਤੋਂ ਬਾਅਦ ਭੇਜਣਾ ਕਿੱਥੇ ਹੈ ਜੀ ਤੁਸੀਂ ਭੇਜਣਾ ਹੈ ਜੀ ਦਾ ਪ੍ਰੀਸਾਈਡਿੰਗ ਆਫੀਸਰ 5071 ਆਰਮੀ ਸਰਵਿਸ ਕੋਪਸ ਬਟਾਲੀਅਨ ਮਕੈਨੀਕਲ ਟਰਾਂਸਪੋਰਟ ਪਿੰਨ ਜੀ 905071 CO56 ਆਰਮੀ ਪੋਸਟਲ ਆਫਿਸ APO ਵਿਖੇ ਤੁਸੀਂ ਭੇਜ ਦੇਣਾ ਹੈ ਜੀ ਇਹ ਤੁਸੀਂ ਪੂਰੀਆਂ ਟਰਮ ਐਂਡ ਕੰਡੀਸ਼ਨ ਚੰਗੀ ਤਰ੍ਹਾਂ ਪੜ੍ਹ ਕੇ ਪੂਰਾ ਫੇਰ ਤੁਸੀਂ ਅਪਲਾਈ ਕਰਨਾ ਹੈ ਜੀ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਅੱਗੇ ਤੋਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਾਂਗੇ ਹੁਣ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਆਂ ਪੋਸਟਾਂ ਦੇ ਨਾਲ ਧੰਨਵਾਦ